ਹੇ ਗਾਇਸ ਗਾਇਸ ਵੈਲਕਮ ਟੂ ਮਾਈ ਨਿਊ ਬਲੌਗ ਗਾਇਸ ਅੱਜ ਤੁਹਾਨੂੰ ਆਪਾਂ ਹੁਸ਼ਿਆਰਪੁਰ ਦੇ ਜੰਗਲ ਦਿਖਾ ਕੇ ਲਿਆਉਂਦੇ ਹਾਂ। ਮੌਸਮ ਦੇਖੋ ਕਿੰਨਾ ਸੋਹਣਾ ਹੋਇਆ, ਮੀਂਹ ਪੈਣ ਵਾਲਾ ਅਤੇ ਆਪਾਂ ਤੁਹਾਨੂੰ ਹੁਣ ਹੁਸ਼ਿਆਰਪੁਰ ਦੇ ਜੰਗਲਾਂ ਦੇ ਵਿੱਚ ਸੈਰ ਕਰਵਾ ਕੇ ਲਿਆਵਾਂਗੇ ਜੀ ਅੱਜ ਬੱਦਲਾਂ ਦੇ ਮੌਸਮ 'ਚ। ਹੋ ਜੀ ਗਾਇਸ, ਮਿਸਟਰ ਸਨੀ ਜੀ ਤੇਲ ਭਰਾ ਰਹੇ ਆ ਅਤੇ ਹੁਣ ਤੁਹਾਨੂੰ ਜੰਗਲਾਂ ਦੀ ਸੈਰ ਕਰਾਉਣਗੇ ਜਾ ਕੇ। ਸਪਲੈਂਡਰ ਲੈ ਕੇ ਚੱਲੇ ਹਾਂ ਜੀ ਅੱਜ। ਨਜ਼ਾਰਾ ਚੈੱਕ ਕਰੋ ਬਾਈ ਪੰਪ ਦਾ, ਵੱਖਰਾ ਜੀ। ਗਾਇਸ ਸ਼ਹਿਰ ਚੋਂ ਨਿਕਲ ਕੇ ਬਾਹਰ ਤੇ ਹੋਣਾ ਸੀ ਆਫ ਰੋਡਿੰਗ ਵਾਲੀ ਲੈਨ ਫੜਨ ਜਾ ਰਹੇ ਹਾਂ ਜੀ। ਗਾਇਸ ਦੁਕਾਨ 'ਤੇ ਗੱਡੀਆਂ ਰੁਕ ਗਈਆਂ ਜੀ ਖਾਣ ਪੀਣ ਦਾ ਸਮਾਨ ਲੈਣ ਨੂੰ ਅਤੇ ਹੁਣ ਦਿਖਾਉਂਦੇ ਜੀ ਤੁਹਾਨੂੰ ਆਫ ਰੋਡਿੰਗ। ਲਓ ਜੀ ਗਾਇਸ ਆਫ ਰੋਡਿੰਗ ਆ ਚੁੱਕੀ ਹੈ ਜੀ। ਬਹੁਤ ਹੀ ਖਤਰਨਾਕ ਰੋਡ ਆ ਜੀ, ਵੈਰੀ ਵੈਰੀ ਡੇਂਜਰਸ। ਡੰਡੇ ਵੀ ਪੈ ਜਾਂਦੇ ਮੂੰਹਾਂ ਦੇ। ਲਓ ਜੀ ਕਾਓਸ ਜੰਗਲੀ ਗਾਵਾਂ, ਦੇਖੋ ਹੁਣ ਆ ਗਏ ਜੀ ਸਿੰਗਲ ਡੰਡੀ ਦੇ। ਆਪਣਾ ਐਂਟਰੀ ਪੁਆਇੰਟ ਆ ਚੁੱਕਿਆ ਜੀ, ਹੁਣ ਇਹ ਫਾਟਕ ਖੋਲ੍ਹਣਾ ਪਏਗਾ। ਗੱਡੀ ਲੰਘਾਉਣ ਲਈ ਜੀ ਹੁਣ ਇੱਥੋਂ ਇੱਧਰੋਂ ਖੋਲ੍ਹਣਾ ਜੀ ਪੈਟਰਨ ਲੋਕ। ਚਲੋ ਜੀ ਜਾਓ ਅੰਦਰ। ਲਓ ਜੀ ਗਾਇਸ ਆਉਂਦੇ ਸਾਰੇ ਇੱਧਰ ਬੱਕਰੀਆਂ ਦਾ ਟ੍ਰੀਟਮੈਂਟ ਚੱਲ ਰਿਹਾ ਜੀ, ਬੱਕਰੀਆਂ ਨੂੰ ਐਨਰਜੀ ਡੋਜ ਦਿੱਤੀ ਜਾ ਰਹੀ ਹੈ ਜੀ ਡਾਕਟਰ ਸਾਹਿਬ ਵੱਲੋਂ।
ਹੁਣ ਇਹ ਐਨਰਜੀ ਡੋਜ ਲੈ ਕੇ ਜੀ ਆਪਣੇ ਪੱਠੇ ਖਾਣਗੀਆਂ ਰੱਜ ਰੱਜ ਕੇ। ਇਹ ਜਾਣਗੀ ਆ ਸੱਤਵੀਂ ਮੰਜ਼ਲ ਤੇ। ਇਹ ਨਹੀਂ ਕਾਬੂ ਆਉਂਦੀ, ਰਿਮ ਸਟੀਰੀਓ ਬਣਦੀ ਹੈ, ਲੱਤਾਂ ਰਾਹੀਂ ਨਿਕਲ ਨਿਕਲ ਜਾਂਦੀ ਹੈ। ਗਾਇਜ਼ ਜੰਗਲ ਦਾ ਮਾਹੌਲ ਚੈੱਕ ਕਰੋ ਜੀ, ਬਿਲਕੁਲ ਜੰਗਲ ਦੀ ਸਟਾਰਟਿੰਗ 'ਚ ਪਹਾੜਾਂ ਦੇ ਪੈਰਾਂ 'ਚ ਘੁੰਮ ਰਹੇ ਜੀ ਅਸੀਂ ਇਸ ਵੇਲੇ ਹੁਸ਼ਿਆਰਪੁਰ ਦੇ। ਵਾਟ ਆ ਬਿਊਟੀਫੁਲ ਵੈਦਰ ਬ੍ਰੋ। ਲਓ ਜੀ ਗਾਈਸ, ਆਪਣਾ ਇੰਜੋਏਮੈਂਟ ਕਰਕੇ ਹੁਣ ਅਸੀਂ ਕਰ ਲਈ ਆ ਜੀ ਵਾਪਸੀ। ਪਾਂਡੇ ਜੀ ਹੁਣੀ ਵੀ ਮਿਲ ਗਏ ਸੀ ਸਾਨੂੰ ਸੱਚ। ਲਓ ਜੀ ਪਾਂਡੇ ਹੁਣੀ ਅਚਾਨਕ ਹੀ ਮਿਲ ਗਏ ਜੀ ਰਾਹ 'ਚ। ਲਓ ਜੀ ਗਾਇਜ਼, ਸਵੀਮਿੰਗ ਪੂਲ ਚੈੱਕ ਕਰੋ ਜੀ, ਪ੍ਰਾਈਵੇਸੀ ਲਈ ਹੋਇਆ ਵਾ, ਬੜਾ ਵਧੀਆ ਸਵੀਮਿੰਗ ਪੂਲ ਬਣਾਇਆ ਸੀਗਾ ਜੀ। ਆਹ ਚੈੱਕ ਕਰੋ, ਇੱਕ ਸੁੱਕਿਆ ਅਤੇ ਇੱਕ ਹਰਾ ਆ। ਲਓ ਜੀ ਗਾਇਜ਼, ਨੇਕੀ ਦੀ ਅਤੇ ਸਨੀ ਦੀ ਕੋਠੀ ਆ ਚੁੱਕੀ ਆ ਜੀ। ਆਹ ਨੇਕੀ ਭਾਈ ਦੀ ਆ ਜੀ, ਹਾਲੇ ਤੱਕ ਤਿਆਰੀ ਨਹੀਂ ਹੋਈ, ਮੈਨੂੰ ਡਾਲਰ ਜ਼ਿਆਦਾ ਨਹੀਂ ਛਾਪ ਰਿਹਾ। ਇੱਧਰ ਸਨੀ ਨੇ ਜੀ ਆਪਣਾ ਕਰ ਲਿਆ ਹੈ ਪੂਰਾ ਕੰਮ ਕੰਪਲੀਟ। ਸਨੀ ਭਾਈ ਚੈੱਕ ਕਰੋ ਜੀ, ਓਕੇ ਆ ਗੱਲਬਾਤ। ਨੇਕੀ ਬਰੋ ਦੂਰ ਰਹਿ ਗਿਆ, ਮਗਰ ਹੁਣ ਕਰ ਕੁਛ ਇੱਧਰੋਂ ਭੇਜ ਡਾਲਰ ਡੁਲਰ। ਸਨੀ ਦੇਖ ਲਓ ਵੱਡੇ ਕਰ ਗਿਆ ਤੈਨੂੰ ਜੀ। ਗਾਈਸ ਅੱਧ ਤਿੰਨ ਚਾਰ ਹੋਰ ਟੱਕਰ ਗਿਆ ਜੀ ਰਾਹ 'ਚ, ਡਵਿੱਡੇ ਰਾਣੇ ਵਾਲੀ ਗੈਂਗ।